ਸ੍ਰੀਕਾਲ ਦੋਸਤੋ, ਕੀ ਹਾਲ ਚਾਲ ਹੈ? ਅਤੇ ਮੈਂ ਜਗਜੀਤ ਸਿੰਘ ਸੰਘਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਹਾਂ ਆਪਣੀ ਇਸ ਮਜ਼ੇਦਾਰ ਵੀਡੀਓ ਦੇ ਵਿੱਚ। ਅਤੇ ਅੱਜ ਫਿਰ ਆਪਾਂ ਇੱਕ ਤੁਹਾਨੂੰ ਮਜ਼ੇਦਾਰ ਜਗ੍ਹਾ 'ਤੇ ਲੈ ਕੇ ਆਏ ਹਾਂ। ਮਤਲਬ ਇਹ ਜਗ੍ਹਾ ਕੋਈ ਘੁੰਮਣ ਫਿਰਨ ਵਾਸਤੇ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ, ਜੇ ਘੁੰਮਣਾ ਫਿਰਨਾ ਚਾਹੋ ਤਾਂ ਤੁਸੀਂ ਆ ਵੀ ਸਕਦੇ ਹੋ। ਬਟ ਇਹ ਇੱਕ ਪੁਰਾਣੀ ਹਿਸਟੋਰੀਕਲ ਪਲੇਸ ਬਣੀ ਹੋਈ ਹੈ ਇੱਥੇ, ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਸਾਰਾ ਇੱਧਰ। ਇਹ ਐਕਚੁਅਲ ਦੇ ਵਿੱਚ ਇੱਕ ਹਾਈਡਲ ਪ੍ਰੋਜੈਕਟ ਬਣਿਆ ਹੋਇਆ ਸੀ, ਅਤੇ ਜਿਵੇਂ ਮਸ਼ੀਨਾਂ ਤੋਂ ਵੇਖ ਕੇ ਲੱਗ ਰਿਹਾ ਹੈ ਕਿ ਮਤਲਬ ਇਹ ਤਕਰੀਬਨ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਹੈ। ਅਤੇ ਸਾਨੂੰ ਇਸ ਜਗ੍ਹਾ ਦਾ ਪਹਿਲਾਂ ਵੀ ਕਾਫੀ ਵਾਰੀ ਅਸੀਂ ਆ ਚੁੱਕੇ ਹਾਂ ਇੱਥੇ। ਇੱਕ ਲਾਗੇ ਪਕੌੜਿਆਂ ਵਾਲਾ ਬਹੁਤ ਮਸ਼ਹੂਰ ਹੈ, ਇਹਨੂੰ ਤਾਰਾਂ ਵਾਲਾ ਪੁਲ ਕਹਿੰਦੇ, ਅੰਮ੍ਰਿਤਸਰ ਦੇ ਵਿੱਚ ਜਗ੍ਹਾ ਹੈ। ਅਤੇ ਅਸੀਂ ਸੋਚਿਆ ਸੀ ਚਲੋ ਸ਼ਾਇਦ ਇੱਕ ਵੀਲੌਗ ਤਿਆਰ ਕਰਾਂਗੇ ਇੱਥੇ ਆ ਕੇ ਵੀ। ਅਤੇ ਜਿਵੇਂ ਅਸੀਂ ਦੇਖ ਰਹੇ ਹਾਂ ਸਾਰਾ ਇੱਥੇ, ਤੁਸੀਂ ਮਤਲਬ ਜਿਹੜੀਆਂ ਮੈਂ ਵੀਡੀਓ ਸ਼ੂਟ ਕੀਤੀਆਂ ਉਹਨਾਂ 'ਚ ਦੇਖੋਗੇ ਕਿ ਪੁਰਾਣੀਆਂ ਟਰਬਾਈਨਾਂ ਮਸ਼ੀਨਾਂ ਜਿੰਨੀਆਂ ਵੀ ਪਈਆਂ ਹੋਈਆਂ ਇੱਥੇ, ਇਹ ਕਈਆਂ ਦੀ ਤਾਂ ਹਾਲਤ ਚਲੋ ਖਰਾਬ ਹੋ ਚੁੱਕੀ, ਪਰ ਜ਼ਿਆਦਾਤਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦਾ ਲੋਹਾ ਐਡਾ ਜ਼ਬਰਦਸਤ ਹੈ ਕਿ ਅਜੇ ਵੀ ਮਤਲਬ ਫਿਲਹਾਲ ਉਹ ਉੱਦਾਂ ਦਾ ਉੱਦਾਂ ਹੀ ਆ। ਅਤੇ ਨਾਲ ਹੀ ਸਾਨੂੰ ਇੱਥੋਂ ਕੁਝ ਜਿਹੜੇ ਇੱਥੇ ਲੋਕਲ ਨੇ ਉਹਨਾਂ ਤੋਂ ਪਤਾ ਲੱਗਾ ਹੈ ਕਿ ਇਸ ਦੀ ਕੁਝ ਸਮਾਂ ਪਹਿਲਾਂ ਸ਼ਾਇਦ ਕੋਈ ਮੈਂਟੇਨੈਂਸ ਵੀ ਕੀਤੀ ਗਈ ਸੀ, ਪਤਾ ਨਹੀਂ ਕਿੰਨਾ ਉਹ ਲੋਕ ਕੀਤੀ ਗਈ ਉਹਦੀ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਬਟ ਇਹਦਾ ਸ਼ਾਇਦ ਪੇਂਟ ਵਗੈਰਾ ਕੀਤਾ ਗਿਆ, ਪਰ ਪਤਾ ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਪੇਂਟ ਹੋਇਆ ਹੈ, ਕਿਉਂਕਿ ਇਹਦੇ ਹਾਲਾਤ ਅਜੇ ਵੀ ਉੱਦਾਂ ਦੇ ਉੱਦਾਂ ਹੀ ਹੈ ਮਸ਼ੀਨਾਂ ਦੇ। ਇਧਰ ਆਓ, ਤੁਹਾਨੂੰ ਅੰਦਰ ਦਿਖਾਉਂਦੇ ਹਾਂ। ਇਹ ਟਰਬਾਈਨ ਹੈ ਇਸ ਸਾਈਡ 'ਤੇ ਜੋ ਤੁਸੀਂ ਵੇਖੀ ਸੀ, ਅਤੇ ਇਸ ਸਾਈਡ 'ਤੇ ਜਿਹੜੀ ਆ ਇਹ ਮੈਨੂੰ ਲੱਗਦਾ ਅੰਦਰ ਜਨਰੇਟਰ ਸੀ ਇਸ ਸਾਈਡ 'ਤੇ, ਅਤੇ ਇਹ ਜਨਰੇਟਰ ਬਣੇ ਹੋਏ ਜਿਹੜੇ ਇਲੈਕਟ੍ਰੀਸਿਟੀ ਪੈਦਾ ਕਰਦੇ ਸੀ। ਇਹ ਤਿੰਨ ਜਨਰੇਟਰ ਨੇ ਇੱਥੇ, ਅਤੇ ਕਾਫੀ ਵੱਡਾ ਹਾਲ ਬਣਿਆ ਹੋਇਆ ਇੱਥੇ, ਇਹ ਜਨਰੇਟਰ ਰੂਮ ਬਣਿਆ ਹੋਇਆ ਹੈ। ਅਤੇ ਉਸ ਸਾਈਡ ਤੋਂ ਪਾਣੀ ਆਉਂਦਾ ਸੀ, ਜੋ ਗੇਟ ਤੁਸੀਂ ਵੇਖ ਰਹੇ ਹੋ ਫਲੱਡ ਗੇਟ ਬਣੇ ਹੋਏ ਨੇ, ਉਹਨਾਂ ਤੋਂ ਪਾਣੀ ਆਉਂਦਾ ਸੀ, ਨਹਿਰ ਤੋਂ ਪਾਣੀ ਡਾਈਵਰਟ ਕੀਤਾ ਜਾਂਦਾ ਸੀ, ਪਾਣੀ ਅੱਗੇ ਇੱਥੇ ਫਲੋ ਹੁੰਦਾ ਸੀ ਪਾਣੀ, ਉਸ ਦੇ ਨਾਲ ਇਹ ਟਰਬਾਈਨ ਘੁੰਮਦੀ ਸੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿੱਡੀ ਇਹ ਟਰਬਾਈਨ ਆ ਪਾਣੀ ਦਾ ਫਲੋ ਕਿੰਨਾ ਹੋਏਗਾ ਉਸ ਟਾਈਮ 'ਤੇ, ਅਤੇ ਮਤਲਬ ਇਹ ਟਰਬਾਈਨ ਘੁੰਮਦੀ ਹੋਵੇਗੀ। ਕਾਫੀ ਹੈਵੀ ਟਰਬਾਈਨ ਨਜ਼ਰ ਆ ਰਹੀ ਹੈ ਵੇਖਣ ਨੂੰ ਵੀ, ਅਤੇ ਬੜਾ ਵਧੀਆ ਮਤਲਬ ਲੱਗ ਰਿਹਾ ਹੈ। ਪੁਰਾਣੀਆਂ ਚੀਜ਼ਾਂ ਜਿਵੇਂ ਅੰਗਰੇਜ਼ਾਂ ਦੇ ਟਾਈਮ ਦੀਆਂ, ਕਹਿੰਦੇ ਆ ਵੀ ਜਿਹੜਾ ਲੋਹਾ ਅਜੇ ਤੱਕ ਮਤਲਬ ਮਜ਼ਬੂਤ ਹੈਗਾ ਲੋਹਾ, ਉਹਦੇ ਹਿਸਾਬ ਨਾਲ ਤੁਸੀਂ ਵੇਖ ਹੀ ਲਓ, ਖੁਦ ਵੀ ਸਾਡੇ ਸਾਹਮਣੇ ਸਬੂਤ ਹੈ। ਅਤੇ ਇਹ ਜਿਹੜੇ ਗੇਟ 'ਤੇ ਚਲੋ ਸ਼ਾਇਦ ਖਾਧੇ ਗਏ ਨੇ ਵਿੱਚੋਂ ਕੁਝ, ਬਟ ਇਹ ਜਿਹੜੀਆਂ ਮਸ਼ੀਨਾਂ ਨੇ, ਇਹ ਟਰਬਾਈਨਾਂ ਜਿਹੜੀਆਂ ਨੇ, ਅਜੇ ਵੀ ਇਹਨਾਂ ਦਾ ਲੋਹਾ ਕਾਫੀ ਹੈਵੀ ਹੈ ਲੋਹਾ ਅਜੇ ਵੀ ਇਹਨਾਂ ਦਾ। ਅਤੇ ਬਾਕੀ ਚਲੋ ਅੰਦਰ ਤੁਹਾਨੂੰ ਦਿਖਾਉਂਦੇ ਹਾਂ, ਅੰਦਰ ਆਪਾਂ ਜਿਹੜੀਆਂ ਨੇ ਜਨਰੇਟਰ ਹੈਗੇ ਨੇ ਇਹਨਾਂ ਦਾ, ਤੁਹਾਨੂੰ ਥੋੜ੍ਹਾ ਆਪਣਾ ਵੀ ਦਿਖਾਉਂਦੇ ਥੱਲੇ ਕੋਲ ਜਾ ਕੇ ਇਹਨਾਂ ਦੇ। ਆ ਜਾਓ ਬੇਟਾ ਜੀ, ਇਹ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਟਰਬਾਈਨ ਦਾ ਗੇਅਰ ਹੈਗਾ, ਇੱਥੇ ਟਰਬਾਈਨ ਘੁੰਮਦੀ ਸੀ ਪਾਣੀ ਦੇ ਨਾਲ, ਇਸ ਗੇਅਰ ਦੇ ਨਾਲ ਇਹ ਗੇਅਰ ਬਣਿਆ ਹੋਇਆ, ਸ਼ਾਫਟ ਬਣੀ ਹੋਈ ਹੈ, ਇਹ ਜਨਰੇਟਰ ਬਣਿਆ ਹੋਇਆ ਇਸ ਦੇ ਨਾਲ, ਪ੍ਰੋਪਰ ਦਾ ਪੂਰਾ ਕੋਇਲ ਬਣਿਆ ਹੋਇਆ ਇੱਥੇ, ਦੇਖੋ ਆ ਕੇ ਸਾਰਾ ਪੂਰਾ ਕੋਪਰ ਦਾ ਕੋਇਲ ਬਣਿਆ ਹੋਇਆ ਇੱਥੇ, ਅਤੇ ਸਾਰੀ ਇਹ ਕੋਪਰ ਆ, ਅਤੇ ਇਹਦੇ ਪੂਰਾ ਰਾਊਂਡ ਹੋਏਗਾ ਇਸੇ ਤਰ੍ਹਾਂ ਕਿ ਜਦੋਂ ਉੱਪਰਲੇ 'ਚ ਪਾਰਟ ਹੋਏਗਾ, ਮੈਨੂੰ ਲੱਗਦਾ ਕਿ ਚੋਰੀ ਹੋ ਗਿਆ ਇੱਥੋਂ ਪਾਰਟ, ਕਿਉਂਕਿ ਸਾਡੇ ਲੋਕਾਂ ਨੂੰ ਮਤਲਬ ਇਹ ਚੀਜ਼ ਤਾਂ ਪਹਿਲਾਂ ਆਏਗੀ, ਕੋਈ ਲੱਭਣੀ ਚਾਹੀਦੀ ਹੈ ਚੀਜ਼ ਵੇਚਣ ਵਾਲੀ, ਅਤੇ ਇਹ ਪੂਰਾ ਗੋਲ ਹੋਏਗਾ ਰਾਊਂਡ ਇੱਥੇ, ਮੈਗਜ਼ੀਨ ਬੰਦ ਹੈਗਾ, ਨੈਗੇਟਿਵ ਫੀਲਡ ਬੰਦ ਹੈਗਾ, ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਟਰਬਾਈਨ ਦੇ ਵਿੱਚ ਜਨਰੇਟਰ ਦੇ ਕਿਵੇਂ ਇਲੈਕਟ੍ਰੀਸਿਟੀ ਜਿਹੜੀ ਜਨਰੇਟ ਹੁੰਦੀ ਹੈ। ਅਤੇ ਇਹ ਸਾਰੇ ਕੋਪਰ ਦੇ ਕੋਇਲ ਬਣੇ ਹੋਏ ਨੇ, ਦੇਖੋ ਬੜੇ ਹੈਵੀ, ਬਹੁਤ ਮਤਲਬ ਬਹੁਤ ਜ਼ਿਆਦਾ ਹੈਵੀ ਕੋਇਲ ਨੇ, ਅਤੇ ਇਹ ਸਾਰਾ ਅਤੇ ਘੁੰਮਦਾ ਹੋਇਆ ਇਲੈਕਟ੍ਰੀਸਿਟੀ ਪੈਦਾ, ਦੇਖੋ ਸ਼ਾਇਦ ਕੇਬਲ ਰੋਕ ਕੀਤੀਆਂ ਹੋਣਗੀਆਂ ਕੇਬਲਸ ਜਿਹੜੀਆਂ ਨੇ, ਅਤੇ ਇਸ ਦੇ ਉੱਪਰ ਸ਼ਾਇਦ ਟਰਾਂਸਫਾਰਮਰ ਵਗੈਰਾ ਜਾਂ ਕੋਈ ਸੈਟਅਪ ਤਿਆਰ ਕੀਤਾ ਹੋਏਗਾ ਇਸ ਸਾਈਡ 'ਤੇ, ਜੋ ਇਹ ਸਾਡਾ ਇੱਧਰ ਬੈੱਡ ਬਣਿਆ ਹੋਇਆ ਸਾਡੇ ਉੱਤੇ, ਇਹ ਫਲੋਰ ਬਣਿਆ ਹੋਇਆ ਸਾਡੇ ਉੱਪਰ, ਇੱਥੇ ਉਹ ਬੰਦਾ ਕੋਈ ਬੰਦਾ ਕੋਈ ਦੋ ਸੈਟਅਪ ਹੁੰਦਾ ਹੈ ਮਿਸਤਰੀ, ਜੇ ਉਹ ਤੁਸੀਂ ਇੰਸੂਲੇਟਰ ਵਗੈਰਾ ਦੇ ਦੇ ਕੰਮ ਲੱਗੇ ਹੋਏ, ਅਤੇ ਇਸ ਤੋਂ ਬਾਅਦ ਸਫਾਈ ਜਿਹੜੀ ਅੱਗੇ ਕੀਤੀ ਜਾਂਦੀ ਹੋਏਗੀ। ਅਤੇ ਬੜੀ ਵਧੀਆ ਚੀਜ਼ ਹੈ, ਇਤਿਹਾਸ ਨੂੰ ਮਤਲਬ ਦਰਸਾਉਂਦੀ ਹੋਈ ਚੀਜ਼ ਹੈ ਕਿ ਕਦੋਂ ਦੀ ਕਿੰਨੇ ਸਮੇਂ ਤੋਂ ਜਿਹੜੀ ਇਲੈਕਟ੍ਰੀਸਿਟੀ ਆ ਮਤਲਬ ਉਹ ਕਿਵੇਂ ਬਣਦੀ ਸੀ, ਉਦੋਂ ਕਿਵੇਂ ਸ਼ੁਰੂਆਤ ਹੋਈ, ਇਹ ਮਤਲਬ ਉਹੀ ਦੌਰ ਹੈ ਜਦੋਂ ਸ਼ੁਰੂਆਤ ਸ਼ੁਰੂ ਕੀਤੀ ਵਿੱਚ ਪੰਜਾਬ ਦੇ ਵਿੱਚ ਇਲੈਕਟ੍ਰੀਸਿਟੀ ਅਜੇ ਮਤਲਬ ਅੰਗਰੇਜ਼ਾਂ ਟਾਈਮ 'ਤੇ ਹੀ ਆਉਣੀ ਸ਼ੁਰੂ ਹੋਈ ਸੀ, ਅਤੇ ਉਹਨਾਂ ਨੇ ਹੀ ਕੋਈ ਉਪਰਾਲਾ ਕੀਤਾ ਸੀ, ਕੁਝ ਆਪਣੀ ਟੈਕਨੋਲੋਜੀ ਲੈ ਕੇ ਆਉਂਦੀ ਇੱਥੇ, ਅਤੇ ਇਹ ਮਤਲਬ ਨਹਿਰਾਂ ਕਦਵਾਈਆਂ, ਨਹਿਰਾਂ ਦੇ ਨਾਲ ਨਾਲ ਇਹਨਾਂ ਨੇ ਮਤਲਬ ਇਹ ਛੋਟੇ ਹਾਈਡਲ ਪ੍ਰੋਜੈਕਟ ਵੀ ਬਣਾਏ ਇੱਥੇ, ਅਤੇ ਪਾਉਣ 'ਚ ਸਾਨੂੰ ਆਟਾ ਚੱਕੀਆਂ ਵੀ ਮਿਲਦੀਆਂ ਨੇ ਕਈ ਬਣੀਆਂ ਹੋਈਆਂ, ਘਰਾਟ ਜਿਹੜੇ ਬਣੇ ਹੋਏ ਸੀ, ਬਟ ਇਹ ਅਸੀਂ ਮਤਲਬ ਫਸਟ ਟਾਈਮ ਹੀ ਵੇਖਿਆ ਇਹ, ਮਤਲਬ ਕਦੀ ਹੋਰ ਕਿਤੇ ਹੋਰ ਕਿਸੇ ਜਗ੍ਹਾ 'ਤੇ ਸਾਨੂੰ ਇਹ ਚੀਜ਼ ਨਹੀਂ ਮਿਲੀ ਜੋ ਇਹ ਤੁਸੀਂ ਵੇਖ ਰਹੇ ਹੋ ਇੱਥੇ। ਇਹ ਪੂਰਾ ਮਤਲਬ ਇੱਕ ਸੈਟਅਪ ਪੂਰਾ ਬਣਿਆ ਹੋਇਆ ਹੈ, ਇਹਨੂੰ ਮੈਨੂੰ ਉਮੀਦ ਹੈ ਕਿ ਜੇ ਅੱਜ ਵੀ ਆਪਾਂ ਚਾਹੀਏ ਤਾਂ ਇਹਨੂੰ ਥੋੜ੍ਹਾ ਬਹੁਤਾ ਮੈਂਟੇਨੈਂਸ ਕਰਕੇ ਅਤੇ ਸ਼ਾਇਦ ਇਸਨੂੰ ਦੁਬਾਰਾ ਚਲਾਇਆ ਜਾ ਸਕਦਾ ਹੈ, ਬਟ ਜਿਹੜਾ ਉੱਥੋਂ ਪਾਣੀ ਡਾਈਵਰਟ ਕੀਤਾ ਹੋਇਆ ਨਹਿਰ ਦਾ, ਉਹ ਨਾਲਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੋਇਆ ਇਸ ਟਾਈਮ ਦਾ, ਰਸਤਾ ਬਣਿਆ ਹੋਇਆ ਉੱਪਰ, ਅਤੇ ਸ਼ਾਇਦ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜੇ ਨਹਿਰ ਆ ਰਹੀ ਹੈ, ਜਦੋਂ ਨੰਬਰ ਵਾਲੀ ਨਹਿਰ ਹੈ ਜਿਹੜੀ ਹੁੰਦੀ ਹੈ, ਅਤੇ ਨਹਿਰ ਸਾਡੀ ਆਪਣੇ ਭਰੀ ਦੁਆਬ ਨਹਿਰ 'ਚੋਂ ਨਿਕਲਦੀ ਹੈ, ਤੁਸੀਂ ਮੇਰੀ ਪਿਛਲੀ ਵੀਡੀਓ 'ਚ ਵੇਖਿਆ ਸੀ ਨਹਿਰ ਆਪਾਂ ਦਿਖਾਈ ਸੀ ਤੁਹਾਨੂੰ,
ਉੱਥੋਂ ਹੀ ਇਹ ਨਹਿਰ ਨਿਕਲਦੀ ਹੈ। ਨਹਿਰ ਆਉਂਦੀ ਹੈ ਇੱਥੇ, ਨਹਿਰ ਦਾ ਪਾਣੀ ਡਾਇਵਰਟ ਕਰਕੇ ਅਤੇ ਟਰਬਾਈਨਾਂ ਪਾਈਆਂ ਹੁੰਦੀਆਂ ਨੇ। ਅਤੇ ਚਲੋ ਸਮੇਂ ਦੇ ਹਿਸਾਬ ਨਾਲ ਤੁਹਾਡੇ ਸਾਹਮਣੇ ਗਿਆ ਸਾਰਾ ਜਿਹੜੀ ਗਿਆ ਲਗਭਗ, ਬਟ ਬਾਕੀ ਤੁਸੀਂ ਇਸ ਦੀ ਕੰਸਟਰਕਸ਼ਨ ਜਾਂ ਇਹਨਾਂ ਦਾ ਮਟੀਰੀਅਲ ਦੇਖ ਸਕਦੇ ਹੋ ਕਿੰਨਾ ਸੋਲਿਡ ਜਾਂ ਕਿੱਡਾ ਵਧੀਆ ਵਰਤ ਹੈਗਾ। ਪਰ ਛੱਤ ਦੇਖੋ ਤੁਸੀਂ ਕਿੱਡੀ ਸ਼ਾਨਦਾਰ ਛੱਤ ਹੈ ਜੀ, ਜਿਹੜੀ ਵੇਖਣ ਨੂੰ ਮਤਲਬ ਪੂਰੀ ਪ੍ਰੋਪਰ ਨਵੀਂ ਤੱਕ ਲੱਗ ਰਹੀ ਹੈ। ਅਤੇ ਜੇ ਸਰਕਾਰ ਕੁਝ ਸੋਚੇ, ਆਪਣਾ ਇਲੈਕਟ੍ਰੀਸਿਟੀ ਬੋਰਡ ਕੁਝ ਇਹਦੇ ਬਾਰੇ ਸੋਚੇ ਤਾਂ ਸ਼ਾਇਦ ਇਹ ਚੱਲ ਵੀ ਸਕਦੀ ਹੈ, ਕਿਉਂਕਿ ਜੋ ਸਾਨੂੰ ਇਹ ਸਾਨੂੰ ਨਜ਼ਰ ਆ ਰਹੇ ਹੈ ਜਿਹੜੀ ਜਨਰੇਟਰ ਨੇ ਮੋਟਰ ਨੇ ਇਹ ਕਾਫੀ ਹੈਵੀ ਅਜੇ ਵੀ ਮਤਲਬ ਸਹੀ ਕੰਡੀਸ਼ਨ 'ਚ ਨਹੀਂ। ਬਸ ਕਰਾਇਆ ਲਿਆ ਥੋੜ੍ਹਾ, ਚਲੋ ਜੇ ਤਾਂ ਰਿਪਲੇਸ ਹੋ ਜਾਵੇ। ਪਰ ਟੈਕਨੋਲੋਜੀ ਪੁਰਾਣੀ ਹੈ, ਅਸੀਂ ਮੰਨਦੇ ਹਾਂ ਕਿ ਟੈਕਨੋਲੋਜੀ ਜ਼ਰੂਰ ਪੁਰਾਣੀ ਹੈ, ਬਟ ਆਪਣੇ ਟਾਈਮ 'ਤੇ ਬਿਲਕੁਲ ਸੋਲਿਡ ਚੀਜ਼ ਬਣੀ ਹੋਈ ਸੀ ਇਹ ਵੀ, ਅਤੇ ਬਹੁਤ ਹੀ ਹੈਵੀ ਇਕੁਪਮੈਂਟ ਬਣੇ ਹੋਏ ਸੀ। ਅੱਜ ਕੱਲ੍ਹ ਤਾਂ ਛੋਟੀਆਂ ਟਰਬਾਈਨਾਂ ਆ ਗਈਆਂ ਜਿਹੜੀਆਂ ਡਾਊਨ ਸਾਈਡ ਹੁੰਦੀਆਂ ਨੇ ਅਤੇ ਪਾਣੀ ਦੇ ਫਲੋਅ ਨਾਲ ਚੱਲਦੀਆਂ ਨੇ, ਅਤੇ ਜਿਹੜੇ ਛੋਟੇ ਛੋਟੇ ਨਹਿਰਾਂ ਦੇ ਬਣੇ ਹੋਏ ਹਾਈਡਰੋ ਥੋੜ੍ਹਾ ਇਹਦੇ ਨਾਲ ਛੋਟੇ ਹੋ ਗਏ ਨੇ ਹੁਣ ਜਾਂ ਕੇ ਨਾਲੋਂ, ਪਰ ਇਹ ਪੁਰਾਣੀ ਚੀਜ਼ ਆ। ਪੁਰਾਣੀ ਤੁਹਾਨੂੰ ਪਤਾ ਚੀਜ਼ਾਂ ਜਨਰੇਟਰ ਸਭ ਵੱਡੇ ਹੁੰਦੇ ਸੀ, ਇਹ ਫਲਾਈਵੀਲ ਬਣਿਆ ਹੋਇਆ ਸਾਈਡ ਦੇ ਉੱਤੇ, ਅਤੇ ਇੱਦਾਂ ਹੀ ਤਿੰਨ ਟਰਬਾਈਨਾਂ ਨੇ, ਅਤੇ ਇੱਕ ਰਸਤਾ ਉਹ ਆਉਂਦਾ ਅੰਦਰ ਨੂੰ ਅਤੇ ਇਹ ਰਸਤਾ ਹੈ। ਅਤੇ ਬਾਕੀ ਸਾਨੂੰ ਕੋਈ ਵੀ ਇੱਥੇ ਕਿਸੇ ਵੀ ਤਰ੍ਹਾਂ ਦਾ ਜਾਂ ਆਫਿਸ਼ੀਅਲ ਸਰਕਾਰੀ ਅੰਦਾ ਨਹੀਂ ਇੱਥੇ ਨਜ਼ਰ ਆਇਆ ਕਿ ਕਿਸੇ ਦੀ ਇੱਥੇ ਕੋਈ ਡਿਊਟੀ ਜਾਂ ਮਤਲਬ ਕਿਸੇ ਜੈਂਡਰ ਹੈਗਾ ਹੈ ਜਗ੍ਹਾ, ਇਸ ਬਾਰੇ ਨਾ ਹੀ ਕੋਈ ਇੱਥੇ ਨੋਟਿਸ ਬੋਰਡ ਆ, ਨਾ ਹੀ ਕੋਈ ਕਿਤੇ ਲਿਖਿਆ ਹੋਇਆ ਕੁਛ ਵੀ, ਕਿਤੇ ਵੀ ਕੋਈ ਵੀ ਬੋਰਡ ਨਹੀਂ ਲੱਗਾ ਹੋਇਆ ਜਗ੍ਹਾ ਬਾਰੇ ਵੀ ਕੀ ਜਗ੍ਹਾ ਹੈ ਜਾਂ ਕਿੱਦਾਂ ਹੈ ਕੀ ਹੋਇਆ ਸੀ। ਅਤੇ ਥੋੜ੍ਹੀ ਬਹੁਤ ਜਾਣਕਾਰੀ ਲੋਕਲ ਲੋਕਾਂ ਨੂੰ ਦਿੱਤੀ ਸੀ, ਬਾਕੀ ਅਸੀਂ ਆਪਣਾ ਹੀ ਅੰਦਾਜ਼ਾ ਲਾਇਆ। ਜੇ ਮੇਰੇ ਵੀ ਕੋਈ ਐਕਸਪਰਟ ਵੀ ਬੈਠੇ ਹੋਏ ਨੇ ਦੁਨੀਆ 'ਤੇ, ਅਤੇ ਜੇ ਉਹਨਾਂ ਨੂੰ ਵੀਡੀਓ ਵੇਖ ਕੇ ਕੋਈ ਅੰਦਾਜ਼ਾ ਵਧੀਆ ਲਾ ਸਕਦੇ ਤਾਂ ਜ਼ਰੂਰ ਕਮੈਂਟ ਲਿਖਣ, ਥੱਲੇ ਵਿੱਚ ਕਮੈਂਟ ਵਿੱਚ ਦੱਸਣ। ਬਾਕੀ ਸਾਡਾ ਜਿੰਨਾ ਕੁ ਅੰਦਾਜ਼ਾ ਸੀ ਉਹਦੇ ਮੁਤਾਬਕ ਅਸੀਂ, ਸਾਨੂੰ ਇਹ ਲੱਗਾ ਜੋ ਤੁਹਾਨੂੰ ਇਹ ਦੱਸ ਰਹੇ ਸੀ ਵੀ ਇਹ ਟਰਬਾਈਨਾਂ ਨੇ ਤਿੰਨ ਇੱਥੇ ਅੰਦਰ ਜਨਰੇਟਰ ਬਣੇ ਹੋਏ ਆ, ਅਤੇ ਟਰਬਾਈਨਾਂ ਬਾਹਰ ਬਣੀਆਂ ਹੋਈਆਂ ਜਿਹਨਾਂ ਦੇ ਪਾਣੀ ਫਲੋ ਹੁੰਦਾ ਹੈ, ਅਤੇ ਪਾਣੀ ਨੀਚੇ ਥੱਲੇ ਉਹਦੀ ਫਲੋ ਹੋ ਕੇ ਘੁੰਮਾਉਂਦਾ ਇਹਨਾਂ ਨੂੰ, ਅਤੇ ਫਿਰ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਸੀ। ਅਤੇ ਆਓ ਬਾਹਰ ਤੁਹਾਨੂੰ ਇੱਕ ਵਾਰੀ ਦਿਖਾਉਂਦੇ ਹਾਂ ਆਪਾਂ ਗੇਟ। ਇਹ ਸਾਈਡ ਸ਼ਾਇਦ ਪਾਣੀ ਐਕਸਿਟ ਹੁੰਦਾ ਜਿਹੜਾ, ਅਤੇ ਉਹ ਪਾਣੀ ਦਾ ਨਿਕਲਦਾ ਸੀ ਇਸ ਸਾਈਡ 'ਤੇ, ਅਤੇ ਜਿੰਨਾ ਵੀ ਪਾਣੀ ਉੱਧਰੋਂ ਆਉਂਦਾ ਸੀ ਪਾਣੀ ਦਾ ਫਲੋ ਇੱਥੋਂ ਦੀ ਬਾਹਰ ਨੂੰ ਫਿਰ ਨਹਿਰ ਦੇ ਵਿੱਚ ਚਲਾ ਜਾਂਦਾ ਸੀ ਪਾਣੀ ਅੱਗੋਂ। ਓਏ ਹੋਏ ਹੋਏ ਹੋਏ, ਇਹ ਭਰਿੰਡ ਕਿੱਥੇ ਤੁਰੀ ਫਿਰਦੀ ਆ, ਇਹਨੂੰ ਸ਼ਾਇਦ ਖਿੱਲ ਵੀ ਕਹਿੰਦੇ ਨੇ। ਇਹ ਵੀ ਕਹਿੰਦੀ ਕਿ ਮੇਰਾ ਵੀਡੀਓ ਸ਼ੂਟ ਕਰ ਲਓ ਵਿੱਚ ਥੋੜ੍ਹਾ ਜਿਹਾ, ਲੜੀ ਨਾ ਬਸ ਮੇਰੀ ਭੈਣ, ਬਾਕੀ ਕੋਈ ਗੱਲ ਨਹੀਂ। ਨਾ 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 ਨਾ, ਗਲਤ ਕੰਮ ਨਹੀਂ ਕਰਨਾ। ਅਤੇ ਕੀ ਗੱਲ ਹੋ ਗਈ, ਇਹਦੇ ਪੋਡਿਆ ਕਿਉਂ ਨਹੀਂ ਜਾ ਰਿਹਾ, ਪਤਾ ਨਹੀਂ ਕੀ ਚੱਕਰ ਹੋ ਗਿਆ ਇਹਨੂੰ, ਜਾਂ ਕੋਈ ਘਟਨਾ ਵਾਪਰ ਗਈ ਇਹਦੇ ਨਾਲ, ਜਾਂ ਤੇਲ ਮੁੱਕ ਗਿਆ ਇਹਦਾ, ਉੱਡ ਨਹੀਂ ਰਹੀ ਹੁਣ ਇਹ, ਅਤੇ ਵੇਖਣ ਨੂੰ ਬੜੀ ਖਤਰਨਾਕ ਲੱਗ ਰਹੀ ਹੈ। ਚਲੋ ਇਹਨੂੰ ਛੱਡੋ ਇਹਦੇ ਹਾਲ 'ਤੇ, ਬਾਕੀ ਅਸੀਂ ਇੱਧਰ ਵੇਖਦੇ ਹਾਂ। ਇਹ ਬੇਟਾ ਅੰਦਰ ਨਹੀਂ ਜਾਣਾ ਤੁਸੀਂ ਇਹਦੇ, ਠੀਕ ਹੈ, ਸੇਫ ਰਹਿਣਾ, ਪਿੱਛੇ ਰਹੋ। ਅਤੇ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਸੀ ਦੋਸਤੋ, ਬਹੁਤ ਹੀ ਸੋਹਣੀ ਜਗ੍ਹਾ ਹੈ, ਵੇਖਣ ਨੂੰ ਵੀ ਬੜੀ ਵਧੀਆ, ਇੱਥੇ ਗ੍ਰੀਨਰੀ ਹਰਿਆਲੀ ਬਣੀ ਹੋਈ ਹੈ, ਅਤੇ ਠੰਡੀ ਜਗ੍ਹਾ ਹੈ, ਇੱਥੇ ਗਰਮੀਆਂ ਦੇ ਵਿੱਚ ਵੀ ਮਤਲਬ ਤੁਸੀਂ ਇੱਥੇ ਆ ਜਾ ਸਕਦੇ ਹੋ। ਅਤੇ ਬਾਕੀ ਸਾਨੂੰ ਤਾਂ ਸਭ ਤੋਂ ਵਧੀਆ, ਮੈਂ ਗੇਨ ਉਹੀ ਗੱਲ ਵੀ ਜਿਹੜੀ ਇੱਥੋਂ ਦੀ ਮਸ਼ੀਨਰੀ ਉਹ ਸਭ ਤੋਂ ਵਧੀਆ ਲੱਗੀ ਇੱਥੇ। ਅਤੇ ਇਹ ਦੇਖੋ ਇਹ ਗੇਅਰ ਮਤਲਬ ਕਿੱਦਾਂ, ਮਤਲਬ ਕਿੱਡੇ ਸ਼ਾਨਦਾਰ, ਕਿੱਡੀ ਵਧੀਆ, ਮਤਲਬ ਅਜੇ ਵੀ ਕੰਡੀਸ਼ਨ ਇਹਨਾਂ ਦੀ ਪੂਰੀ ਪ੍ਰੋਪਰ ਉੱਦਾਂ ਦੀ ਉੱਦਾਂ ਹੀ ਕੰਡੀਸ਼ਨ ਹੈ। ਹੁਣ ਸ਼ਾਇਦ ਇਸ ਨੂੰ ਪਤਾ ਨਹੀਂ ਕੋਈ ਮੈਂਟੇਨੈਂਸ ਇਹਦੀ ਕਰ ਰਿਹਾ ਹੈ ਕੋਈ, ਪਤਾ ਨਹੀਂ ਮੈਨੂੰ ਸੁਣਨ 'ਚ ਆਇਆ ਸੀ ਕਿ ਇੱਥੇ ਕੋਈ ਆਏ ਸੀ ਜਿਨ੍ਹਾਂ ਨੇ ਇਹਨੂੰ ਪੇਂਟਿੰਗ ਵਗੈਰਾ ਕੀਤੀ। ਉਹ ਹਾਂ ਸੱਚ, ਇਹ ਦੇਖੋ ਇਹ ਵੀ ਬੜਾ ਵਧੀਆ ਸਿਸਟਮ ਹੈ। ਅੱਜ ਕੱਲ੍ਹ ਜਿਹੜੇ ਗੇਟ ਨੇ ਉਹ ਕੇਬਲਾਂ ਨਾਲ ਜਿਹੜੇ ਹੈਂਗ ਹੁੰਦੇ ਨੇ, ਪਰ ਇਹ ਜਿਹੜੇ ਵੇਖੋ ਇਹ ਤੁਸੀਂ ਇਹ ਗੇਅਰ ਵੇਖ ਰਹੇ ਹੋ, ਇਹ ਪੂਰਾ ਸਲਾਈਡਿੰਗ ਬਣੀ ਹੋਈ ਇੱਥੇ ਵੇਖੋ। ਇਹ ਗੇਅਰ ਘੁੰਮਦੇ ਸੀ ਅਤੇ ਇਸ ਨੂੰ ਉੱਪਰ ਚੁੱਕਦੇ ਸੀ ਗੇਟ ਨੂੰ, ਉਹ ਬੜੀ ਵਧੀਆ ਟੈਕਨੋਲੋਜੀ ਸੀ ਉਸ ਟਾਈਮ 'ਤੇ, ਸਗੋਂ ਇਹ ਜ਼ਿਆਦਾ ਬੈਟਰ ਲੱਗ ਰਿਹਾ ਮੈਨੂੰ। ਬਟ ਅੱਜ ਕੱਲ੍ਹ ਚਲੋ ਗੇਟ ਵੀ ਵੱਡੇ ਹੋ ਗਏ ਨੇ ਅਤੇ ਉਹਨਾਂ ਨੂੰ ਕੇਬਲਾਂ ਯੂਜ ਜ਼ਿਆਦਾ ਹੁੰਦੀਆਂ ਨੇ ਜ਼ਿਆਦਾਤਰ ਗੇਟਾਂ ਦੇ ਉੱਤੇ। ਅਤੇ ਆਓ ਇੱਕ ਨੀਚੇ ਜਾ ਕੇ ਥੱਲੇ ਜਾ ਕੇ ਠਾਂ ਵੀ ਵੇਖਦੇ ਹਾਂ ਕਿ ਕੀ ਹੈਗਾ ਥੋੜ੍ਹਾ ਉਹਦੇ ਅੰਦਰ। ਇਹ ਕੀ ਚੀਜ਼ ਆ, ਓਹੋ ਹੋ ਹੋ, ਵਿੱਚ ਤਾਂ ਪਾਣੀ ਭਰਿਆ, ਇਹ ਕੀ ਚੱਕਰ ਵਿੱਚ ਪਾਣੀ ਕਿਉਂ ਆ, ਇਹ ਬਰਸਾਤ ਦਾ ਪਾਣੀ ਹੈ ਜਾਂ ਪਤਾ ਨਹੀਂ ਹੁਣ ਕਾਹਦਾ ਪਾਣੀ ਹੈ, ਬਟ ਜੋ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਸ਼ੀਨਾਂ ਜਿਹੜੀਆਂ ਅਜੇ ਵੀ ਇਹ ਟਰਬਾਈਨਾਂ ਸਹੀ ਸਲਾਮਤ ਨਾਲ, ਇਹਦੇ ਅੰਦਰ ਦੀ ਕੰਡੀਸ਼ਨ ਪਤਾ ਨਹੀਂ ਹੈ। ਹੇਠਾਂ ਜਾਣ ਨੂੰ ਉਹ ਬਣੇ ਤੋਂ ਹੋਏ ਆ ਸ਼ਾਇਦ, ਉੱਧਰ ਹੈਂਡਲ ਵਗੈਰਾ ਪਰ ਵੀ ਕੱਟ ਕੇ ਲੈ ਗਏ ਲੋਕ, ਪਤਾ ਨਹੀਂ ਜਨਤਾ ਸਾਡੀ ਕਿਉਂ ਨਹੀਂ ਟਲਦੀ ਇਹੋ ਜਿਹੇ ਕੰਮਾਂ ਤੋਂ। ਬਾਕੀ ਇਹਨਾਂ ਗੇਟਾਂ ਰਾਹੀਂ ਵੀ ਜਾ ਸਕਦੇ ਹੇਠਾਂ, ਪਰ ਫਿਲਹਾਲ ਅੱਜ ਲਈ ਇੰਨਾ ਹੀ ਬਹੁਤ ਆ।
ਦੋਸਤੋ, ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇੱਥੇ ਪਾਪਾ ਜੀ ਨੇ ਸਾਡੇ, ਜਿਨ੍ਹਾਂ ਦੀ ਬਹੁਤ ਮਸ਼ਹੂਰ ਇੱਥੇ ਦੁਕਾਨ ਹੈ ਪਕੌੜਿਆਂ ਦੀ, ਅਤੇ ਆਉਣ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਇਸ ਜਗ੍ਹਾ ਬਾਰੇ ਪੁੱਛਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਪਾਪਾ ਜੀ, ਕੀ ਹਾਲ ਜੇ? ਅਤੇ ਪਾਪਾ ਜੀ, ਕੀ ਨਾਂ ਜੀ ਆਪਣਾ? ਅੱਛਾ, ਅਤੇ ਕਦੋਂ ਦਾ ਤੁਸੀਂ ਕੰਮ ਕਰ ਰਹੇ ਪਾਪਾ ਜੀ ਇੱਥੇ? ਅੱਛਾ ਜੀ, ਠੀਕ ਹੈ ਠੀਕ ਹੈ। ਨਹੀਂ ਜੀ, ਬਹੁਤ ਵਧੀਆ, ਤੁਹਾਡੇ ਤਾਂ ਮਤਲਬ ਪਕੌੜੇ ਕਾਫੀ ਮਸ਼ਹੂਰ ਨੇ ਇੱਥੇ। ਅਤੇ ਅੱਛਾ ਪਾਪਾ ਜੀ, ਨੂੰ ਦੱਸੋ ਵੀ ਜਿਹੜੀ ਇੱਥੇ ਜਗ੍ਹਾ ਬਣੀ ਹੋਈ ਹੈ, ਡੈਮ ਜਿਹੜਾ ਪੁਰਾਣਾ, ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈਗੀ ਜਗ੍ਹਾ ਬਾਰੇ ਕੁਛ? ਅੱਛਾ ਜੀ, ਜਾਣ ਲੱਗੇ ਬੰਦ ਕਰ ਗਏ। ਅੱਛਾ, ਜਾਣ ਲੱਗੇ ਬੰਦ ਕਰ ਗਏ ਸੀ ਉਹ? ਅਤੇ ਤਕਰੀਬਨ ਕਿੰਨਾ ਕੁ ਪੁਰਾਣਾ ਹੈ ਮਤਲਬ ਇਹ? ਮੇਰੇ ਸਮਝ ਆਉਂਦੀ ਆਜ਼ਾਦੀ ਗਈ ਉਦੋਂ ਦਾ ਹੀ ਸ਼ਾਇਦ। ਨਹੀਂ, ਉੱਥੇ ਲਿਖਿਆ ਕੁਛ ਵੀ ਨਹੀਂ ਸਾਨੂੰ ਲੱਭਾ ਹੁਣ ਤੇ। 1913? ਠੀਕ ਹੈ ਠੀਕ ਹੈ। ਅੱਛਾ, 1913 'ਚ ਇਹ ਜਿਹੜਾ ਵਾ ਬੰਦ ਕਰਕੇ ਗਏ ਨੇ ਕਿ ਜਾਂ ਚਾਲੂ ਕੀਤਾ ਇਹਨਾਂ ਨੇ? ਅੱਛਾ, ਖਤਮ ਕਰਕੇ। ਠੀਕ ਹੈ ਠੀਕ ਹੈ। ਅਤੇ ਹੁਣ ਇਹਦਾ ਕੋਈ ਮਤਲਬ ਇੱਥੇ ਰੱਖ ਰਖਾਅ ਲਈ ਕੋਈ ਆਉਂਦਾ ਜਾਂ ਮਤਲਬ ਇੱਦਾਂ ਪਿਆ? ਹਾਂਜੀ ਹਾਂਜੀ, ਹਾਂ ਹਾਂ ਹਾਂ। ਅੱਛਾ 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 ਅੱਛਾ, ਮਤਲਬ ਇਹਦਾ ਥੋੜ੍ਹਾ ਬਹੁਤਾ ਲੱਗੇ ਸੀ ਇਹਨੂੰ ਕਰਨ। ਠੀਕ, ਚਲੋ। ਨਹੀਂ ਚਾਲੂ ਨਹੀਂ, ਮਤਲਬ ਥੋੜ੍ਹਾ ਬਹੁਤ, ਹਾਂ, ਪਾਰਕਾਂ ਸ਼ਾਰਕਾਂ ਬਣਾਉਣਗੇ। ਠੀਕ ਹੈ ਠੀਕ ਹੈ, ਚਲੋ, ਬਹੁਤ ਮਿਹਰਬਾਨੀ ਪਾਪਾ ਜੀ ਤੁਹਾਡੀ। ਤਾਂ ਪਕੌੜੇ ਸਾਨੂੰ ਵੀ ਖਵਾਓ। ਅਤੇ ਹਾਂਜੀ, ਅਤੇ ਇਹ ਸਾਨੂੰ ਦੋਸਤੋ ਪਾਪਾ ਜੀ ਜਿਹੜੇ ਇੱਥੇ ਇਹਨਾਂ ਦੀ ਦੁਕਾਨ ਹੈ ਪਕੌੜਿਆਂ ਦੀ, ਕਾਫੀ ਮਸ਼ਹੂਰ ਹੈ, ਇੱਥੇ ਲਾਈਨ ਲੱਗੀ ਰਹਿੰਦੀ ਹੈ ਪਕੌੜੇ ਲੈਣ ਲਈ। ਅਤੇ ਜ਼ਰੂਰ ਆਓ ਇੱਥੇ, ਕਈ ਦੋਸਤਾਂ ਨੂੰ ਪਤਾ ਹੀ ਹੋਗਾ ਜਿਹੜੇ ਅੰਮ੍ਰਿਤਸਰ ਤੋਂ ਨੇ। ਚਲੋ ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਵੀਲੋਗ। ਵੀਡੀਓ ਵੇਖ ਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ, ਅਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਸਾਨੂੰ ਸਬਸਕ੍ਰਾਈਬਰ ਦੀ ਬਹੁਤ ਜ਼ਿਆਦਾ ਲੋੜ ਹੈ। ਅਤੇ ਪਲੀਜ਼ ਵੀਡੀਓ ਨੂੰ ਵੇਖ ਕੇ ਇਗਨੋਰ ਨਾ ਕਰੋ, ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਸਬਸਕ੍ਰਾਈਬ ਕਰਨ ਦਾ ਕੋਈ ਮੁੱਲ ਤਾਂ ਲੱਗਦਾ ਨਹੀਂ, ਸਿਰਫ ਇੱਕ ਕਲਿੱਕ ਕਰਨਾ ਹੈ, ਸਿੰਪਲ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ। ਅਤੇ ਪਤਾ ਨਹੀਂ ਇੱਧਰ ਕਿੱਧਰ, ਇੱਧਰ ਇੱਧਰ ਹੁੰਦਾ ਸ਼ਾਇਦ ਬਟਨ। ਅਤੇ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ, ਅਤੇ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਨਾ। ਅਤੇ ਜੇ ਕੋਈ ਤੁਹਾਡੇ ਸਵਾਲ ਹੋਣ ਇਸ ਜਗ੍ਹਾ ਬਾਰੇ ਤਾਂ ਕਮੈਂਟ ਜ਼ਰੂਰ ਕਰਨਾ, ਆਪਾਂ ਜ਼ਰੂਰ ਆਨਸਰ ਦੇਵਾਂਗੇ ਤੁਹਾਡੇ ਸਾਰਿਆਂ ਦੇ। ਅਤੇ ਬਣੇ ਰਹੋ ਸਾਡੇ ਨਾਲ ਇਸ ਤਰ੍ਹਾਂ ਦੀ ਮਜ਼ੇਦਾਰ ਵੀਡੀਓ ਲੈ ਕੇ ਹੀ ਹੁੰਦੇ ਰਹਾਂਗੇ। ਅਤੇ ਧੰਨਵਾਦ ਤੁਹਾਡਾ ਸਾਰਿਆਂ ਦਾ। ਓਕੇ, ਬਾਏ, ਟਾਟਾ।